सेसी त्राइनो कार्बन त्राइनानो कार्बन इरुमुर्खी टीएटीएस। अगर असी खिंचने कार्बन या ए और रिमुर्खी टीएटीएस नॉन ओब्लीगेटोरी साडे शीशा ना पिछू वेखण लगे नहीं होना चाहिए नॉन ओब्लीगेटोरी फालसो गड्डिया पिछू वेखण आले सैंपरे ही ओब्लीगेटोरी ने निष्पेखी स्थिर में मोंटान की सोलह मोत्री चे पोषण स्पर्ज रखी हुआ चिंगवा ता चैंतीर मेत्री नौ फालसो इठी फालसो कोई रगू पढ़ने की लोड़ी नहीं है क्योंकि साकी पढ़िया सी जे शीशे फैल सकते ने मैक्सिमम 20 सेंटीमीटर ठीक है नला रिस्पोंस ता दला लर्गेसा मैक्सिमा स्टेबिलिटी टू रिमूव की टी ए टी एस जेड़ा लर्गेसा जेड़ी चौड़ाई है मैक्सिमा स्टेबिलिटी जेड़ी मैक्सिमम अप्लाई की गई फिर रिमूव की टी ए टी एस imbarcazioni trasportate possono sporgere fino a 50 cm. Also, le imbarcazioni per ogni lato risposto a bordi esterni della luce di posizione posteriore. Yani che le imbarcazioni jehdiya kashtiyan laddiyan ne na san trale de utte kyunki murkhi kehdi hai TATAS le imbarcazioni trasportate jehdiya san kashtiyan laddiyan na piche trale te possono sporgere fino a 50 cm. 50 cm ਵੱਧ ਸਕਦੇ ਨੇ ਕਿਹੜੀ ਸਾਈਡ ਤੇ ਉਨੀ ਲੱਤ ਰਿਸਪੈਕਟ ਆ ਬੋਰਡ ਦੀ ਸਟੇਅਰ ਦੀ ਵੱਲ ਲੁਚੇ ਦੀ ਪੋਜੀਸ਼ਨ ਦੀ ਪੋਸਟੀਰੀਅਰ ਪਿਛਲੀਆਂ ਲੈਸ਼ ਲੈਟਾ ਜਿਹੜੀਆਂ ਨਾ ਲੁਚੇ ਦੀ ਪੋਜੀਸ਼ਨ ਦੀ ਪੋਸਟੀਰੀਅਰ ਪਿਛਲੀ ਸਾਈਡ ਵਾਲੀਆਂ ਉਹਨਾਂ ਤੋਂ 20 ਸੈਂਟ 20 50 ਸੈਂਟੀਮੀਟਰ ਉਧਰ ਵਧੀਏ ਉਹਦੇ 50 ਸੈਂਟੀਮੀਟਰ ਉਧਰ ਵੱਧ ਜੇ ਜਿਹੜੀ ਕਸ਼ਤੀ ਹੈ ਤਾਂ ਕੋਈ ਪ੍ਰੋਬਲਮ ਨਾ ਫਾਲਸੋ ਅਸੀਂ ਟਰਾਂਸਪੋਰਟ ਨਹੀਂ ਕਰ ਸਕਦੇ ਇਸ ਚੀਜ਼ ਨੂੰ ਤੁਸੀਂ ਬੜਾ ਡੱਡਾ ਜਾਣਦੇ ਹੋ ਕਿ ਅਸੀਂ ਸਾਈਡਾਂ ਦੇ ਉੱਤੇ ਕਿਸੇ ਵੀ ਚੀਜ਼ ਨੂੰ ਵਧਾ ਨਹੀਂ ਸਕਦੇ ਠੀਕ ਹੈ ਜਦ 20 ਸੈਂਟੀਮੀਟਰ ਸਿਰਫ ਸ਼ੀਸ਼ੇ ਅਸੀਂ ਵਧਾ ਸਕਦੇ ਹਾਂ ਸਾਡਾਂ ਤੇ ਨਹੀਂ ਤੇ ਸਾਡਾਂ ਤੇ ਕੋਈ ਸ਼ਾਨ ਨਹੀਂ ਅਸੀਂ ਵਧਾ ਸਕਦੇ ਇਹ ਕੀ ਜਾਂਦੇ ਨੇ ਸਪੋਰ ਜਿਹੜੇ ਫਿਨੋ ਚ 50 ਸੈਂਟੀਮੀਟਰ ਪਰ ਉਹਨੂੰ ਲੱਤ ਰਿਸਪੈਕਟ ਆਲ ਬੋਰਡ ਦੇ ਸਟੇਰਨ ਦਾ ਲੁਚੀ ਦੀ ਪੋਜੀਸ਼ਨ ਦੇ ਉੱਤੇ ਪੋਜੀਸ਼ਨ ਸਾਡਾਂ ਤੇ ਹੁੰਦੇ ਨੇ ਸਾਡਾਂ ਤੇ ਯਾਨੀ ਕਿ 50 ਸੈਂਟੀਮੀਟਰ ਅਸੀਂ ਕੱਢ ਸਕਦੇ ਹਾਂ ਉਹ ਫਾਲਸੋ ਸਾਈਡ ਤੇ ਨਹੀਂ ਕੱਢ ਸਕਦੇ ਕੌਣ ਦਸੀ ਟ੍ਰਾਈਨੋ ਮੇਰੇ ਮੁਰਖੀ ਉੱਪਰ ਟਰਾਂਸਪੋਰਟ ਤੇ ਜਾਨੀ ਮਲੇ ਵੀ ਜਦੋਂ ਅਸੀਂ ਜਾਨਵਰ ਟਰਾਂਸਪੋਰਟ ਕਰਨੇ ਆ ਜ਼ਿੰਦਾ ਅਖੜੇ ਤੰਦਰੇ ਇਨ ਫੰਕਸ਼ਨ ਸਿਨ ਲਾਸਿੰਗ ਲੁਮਿਨੋਜ਼ਾ ਦੀ ਪੈਰੀਕੋਲੋ ਫਾਲਸੋ ਜਦੋਂ ਤੁਸੀਂ ਟਰਾਂਸਪੋਰਟ ਕਰਦੇ ਹੋ ਜਾਨਵਰ ਜਾਨਵਰ ਐਨੀਮਲੀ ਵੀ ਵੀ ਤੁਸੀਂ ਕੀ ਕਰੋ ਆਪਣਾ ਆਨ ਕਰ ਲਓ ਅਸੀਂ ਨਲਾਸ਼ੀਨ ਦੇ ਮਿੰਗਾ ਦੇ ਪੈਰੀਕੋ ਯਾਨੀ ਕਿ ਪੈਰੀਕੋ ਵਾਲਾ ਇਸ਼ਾਰਾ ਜਿਹੜਾ ਨੂੰ ਆਨ ਕਰਕੇ ਛੱਡ ਦੇ ਯਾਨੀ ਕਿ ਚੱਲਣ ਦੇ ਇਸ਼ਾਰੇ ਇਸ਼ਾਰਾ ਪੈਰੀਕੋ ਵਾਲਾ ਨੂੰ ਫਾਲਸ ਉਹਨੂੰ ਆਨ ਕਰਨ ਦਾ ਕਿਹਾ ਤਾਂ ਲੱਗ ਜਾਨਵਰ ਕਰਨੇ ਆ ਫਾਲਸ ਕੋਦ ਸੀ ਤਰਾਈਨ ਨੂੰ ਮੁਖਿਆ ਖੋਰਸ ਤਕਾਰ ਲਤਾਰ ਗਾ ਦਲਾ ਮੋਤਰੀ ਚ ਇਹ ਆਪਣੀ ਕਰਨ ਵਾਲਾ ਪਾਰਟ ਪੋਸਟੀਰੀਅਰ ਦਲਰ ਮੁਰਖੀ ਫਾਲਸ ਪ੍ਰੋਪਰੀ ਫਾਲਸ ਕੀ ਆਂਦਾ ਕੋਦ ਸੀ ਤਰਾਈਨ ਜਦੋਂ ਅਸੀਂ ਟਰਾਂਸਪੋਰਟ ਮੁਰਖੀ ਹੋਏ ਕਿ ਟਰਾਲੀ ਨੂੰ ਖੋਰਸ ਤਕਾਰ ਅਰੇ ਯਾਨੀ ਕਿ ਅਸੀਂ ਲਾ ਲਵੀਏ ਕੀ ਲਾ ਲਵੀਏ ਗੱਡੀ ਦੇ ਮਗਰੋਂ ਗੱਡੀ ਦੇ ਮਗਰੋਂ ਕੀ ਲਾਣਾ ਨਾ ਤਾਰਗਾ ਜਲਾ ਮੋਤਰੀ ਚ ਗੱਡੀ ਦੇ ਮਰਜੀ ਨੰਬਰ ਤੇ ਲੱਗੀ ਉਹਨੂੰ ਲਾ ਲਵੋ ਫਿਰ ਕੀ ਕਰੋ ਇਹ ਆਪਣੀ ਕਾਰ ਹੈ ਔਰ ਲਗਾ ਨਾਲਾ ਪਾਰਟ ਤੇ ਪੋਸਟੀਰੀਅਰ ਔਰ ਪਿਛਲੀ ਸਾਈਡ ਤੇ ਜਲਰ ਮੁਰਖੀ ਟਰਾਲੀ ਦੇ ਯਾਨੀ ਕਿ ਗੱਡੀ ਦੇ ਮਗਰੋਂ ਨੰਬਰ ਪਲੇਟ ਲਾ ਕੇ ਤੇ ਜਿਹੜੀ ਮਗਰ ਅਸਾਂ ਟਰਾਲੀ ਪਾਣੀ ਉਹਦੇ ਮਗਰ ਜਾ ਕੇ ਲਾ ਦਿਓ ਆਲਸੋ ਅਸਾਂ ਕੀ ਪੜਿਆ ਸੀ ਮੁਰਖੀ ਉਹਦਾ ਕੀ ਹੁੰਦਾ ਹੈ ਆਪਣਾ ਵੱਖਰਾ ਨੰਬਰ ਪਲੇਟ ਹੁੰਦੀ ਹੈ ਉਹਦੀ ਆਪਣੀ ਰਜਿਸਟਰਡ ਹੁੰਦੀ ਹੈ ਔਰ ਮੁਰਖੀ ਉਹਦੀ ਜਿਹੜੀ ਕਰੇਲੇ ਅਪੈਂਡੀ ਚ ਹੈ ਨਾ ਉਹਦੀ ਨੰਬਰ ਪਲੇਟ ਕੀ ਹੁੰਦੀ ਹੈ ਜਿਹੜੀ ਗੱਡੀ ਦੀ ਨੰਬਰ ਪਲੇਟ ਹੁੰਦੀ ਹੈ ਸੇਮ ਟੂ ਸੇਮ ਉਸੇ ਨੰਬਰ ਪਲੇਟ ਦੀ ਅਸਾਂ ਬਣਾ ਕੇ ਇੱਕ ਕਰੇਲੇ ਅਪੈਂਡੀ ਚ ਪਿੱਛੇ ਵੀ ਲਾਣੀ ਹੁੰਦੀ ਹੈ ਨਾ ਕਿ ਗੱਡੀ ਦੇ ਮਗਰੋਂ ਲਾ ਕੇ ਤੇ ਉਹਦੇ ਮਗਰੋਂ ਗੱਡੀ ਤੇ ਲਾ ਕੇ ਕਿਸੇ ਦੇ ਵੀ ਮਗਰ ਇਸ ਨੰਬਰ ਪਲੇਟ ਨਹੀਂ ਲਾ ਸਕਦੇ ਸੂਰਮੁਰਖੀ ਜਿਹੜੀਆਂ ਟਰਾਲੀਆਂ ਨੇ ਇਲਕਾਰੀ ਕੋ ਟਰਾਂਸਪੋਰਟ ਤੋਂ ਪੂ ਸਪੋਰਟ ਜਿਹੜੇ ਜਾਂ ਕਾਰੀ ਕੋ ਟਰਾਂਸਪੋਰਟ ਪੂ ਸਪੋਰਟ ਜਿਹੜੇ ਫੈਲ ਸਕਦਾ ਫੈਲ ਸਕਦਾ ਇੰਟਰੀਅਰ ਅਗਲੀ ਸਾਈਡ ਤੇ ਤਰੇ ਬਾਰਾ ਦੇਚੀ ਆਲਸੋ ਪਾਰਟ ਇੰਟਰੀਅਰ ਅਸਾਂ ਕੀ ਆਖਿਆ ਸੀ ਨਹੀਂ ਫੈਲਾ ਸਕਦੇ ਸਿਰਫ ਪਾਰਟ ਪੋਸਟਰੀਅਰ 3/10 ਅਸੀਂ ਫੈਲਾ ਸਕਦੇ ਆ ਠੀਕ ਹੈ ਇਸ ਗੱਲ ਕਰਕੇ ਵੀ ਆਲਸੋ ਸਿਰ ਮੁਰਖੀ ਲੱਜਰੀ ਅਲਕਾਰੀ ਕੋ ਟਰਾਂਸਪੋਰਟ ਦਾ ਤਾਂ ਪੂਸ ਫੋਰ ਜੇ ਪੋਸਟਰੀਅਰ ਮੈਨ ਤੇ ਠੀਕ ਹੈ ਸਿਰ ਮੁਰਖੀ ਲੱਜਰੀ ਕਾਰੀ ਕੋ ਟਰਾਂਸਪੋਰਟ ਦਾ ਤਾਂ ਪੂਸ ਫੋਰ ਜੇ ਪੋਸਟਰੀਅਰ ਮੈਨ ਤੇ ਪਿਛਲੀ ਸਾਈਡ ਤੱਕ ਫੈਲ ਸਕਦਾ ਇੱਥੇ ਤੱਕ ਠੀਕ ਹੈ ਸਵਾਲ ਸੈਂਸ ਓਬਲੀਗੋ ਕੋਈ ਤੁਹਾਡੇ ਤੋਂ ਓਬਲੀਗੋ ਨਹੀਂ ਦਿਸ ਸਪੈਕ ਜਿਸ ਸਪੈਸੀਫਿਕ ਸਿਨਲਾਸੀਓਨ ਕੋ ਖਾਸ ਦਸਣ ਦਸਾਂ ਤੁਹਾਡੇ ਤੇ ਕੋਈ ਓਬਲੀਗੋ ਨਹੀਂ ਆ ਨੋ ਫਾਲਸੋ ਸਾਡੇ ਤੇ ਕੋਬਲੀ ਗਿਆ ਹੈ ਅਗਰ ਸਮਾਨ ਸਾਡਾ ਪਿਛਲੀ ਸਾਈਡ ਤੇ ਕੀ ਹੈ ਅਸਾਂ ਪਿਛਲੀ ਸਾਈਡ ਤੇ ਉਹ ਇੱਕ ਫੱਟੀ ਹੁੰਦੀ ਹੈ ਕੁਆਡਰ ਉਹਦੀ
ਉਹ ਕੀ ਉਹਨੂੰ ਆਖਦੇ ਕਾਰੀਕੁਸ ਪ੍ਰਜੰਤ, ਉਹਦੇ ਵਿੱਚ ਚਾਰ ਕੋਨੇ ਵਾਲੀ ਕਾਰੀਕੁਸ ਪ੍ਰਜੰਤ ਵਾਲੀ ਫੱਟੀ ਨਹੀਂ ਹੁੰਦੀ। ਅਗਰ ਕਾਰੀਕੋ ਪਿਛਲੀ ਸਾਈਡ ਤੇ ਵਧੇ ਤਾਂ ਸਰ ਕੀ ਕਰਨਾ, ਉਹ ਫੱਟੀ ਉਹ ਚਲਾਣੀ ਹੁੰਦੀ ਹੈ। ਇਸ ਗੱਲ ਕਰਕੇ ਕੀ ਹੋਇਆ ਫਾਲਸੋ, ਨਾਲ ਸਾਡੇ ਤੇ ਹੋਰ ਵੀ ਉਬਰੀਕ ਹੋਵੇ ਨਾ, ਐਸ ਲਿਮਿਟ ਨੂੰ ਵੀ ਰੱਖਣਾ ਹੁੰਦਾ। 10 ਅਸੀਂ ਪਿਛਲੀ ਸਾਈਡ ਤੇ ਕੱਢ ਸਕਦੇ ਹਾਂ ਗੱਡੀ ਦਾ ਲੂੰਗੇ ਦੇ ਹਿਸਾਬ ਨਾਲ, ਇਸ ਤੋਂ ਜ਼ਿਆਦਾ ਨਹੀਂ, ਇਹ ਵੀ ਸਾਡੇ ਤੇ ਉਬਰੀਕ ਹੋਵੇ। ਠੀਕ ਹੈ, ਮੇਰੇ ਮੁਰਖੀ ਪਰ ਟਰਾਂਸਪੋਰਟ ਦੀ ਕਵਾਲੀ ਲਈ ਇਹ ਜਿਹੜੀ ਟਰਾਂਸਪੋਰਟ ਕਰਦੀ ਜਾਨਵਰ ਇਹਨਾਂ ਘੋੜਿਆਂ ਨੂੰ, ਕਵਾਲੀ ਕਵਾਲ ਘੋੜੇ ਨੂੰ ਪੋਸਣ ਨੂੰ ਚਿਰਕੁਲਾ ਰਹੇ ਨਾ ਆਟੋ ਸਟਰਾਡਾ, ਮੋਟਰਵੇ ਤੇ ਨਹੀਂ ਚੱਲ ਸਕਦੀ। ਨੋ ਫਾਲਸੋ, ਮੋਟਰਵੇ ਤੇ ਚੱਲਣ ਨਾ ਚੱਲਣ ਦਾ ਤਲਕ ਹੈ ਤੇ ਹੋਰ ਚੀਜ਼ਾਂ ਨਾਲ ਹੈ, ਨਾ ਕਿ ਟਰਾਂਸਪੋਰਟ ਦੀਆਂ ਚੀਜ਼ਾਂ ਦੇ ਮੁਤਲਕ। ਹੁਣ ਜਾਨਵਰ ਇੱਕ ਉਹ ਜੇਤੀ ਚਾਹੁੰਦਾ ਨਾ ਕਿ ਇੱਕ ਸੁਜੇਤੀ ਵੀ ਚਾਹੁੰਦਾ ਕਿ ਅਸੀਂ ਚੀਜ਼ ਜੇ ਇੱਕ ਜਾਨਵਰ ਅਸੀਂ ਟਰਾਂਸਪੋਰਟ ਕਰ ਰਹੇ ਹਾਂ ਤੇ ਕੀ ਗੱਲ ਹੈ, ਜਾਨਵਰ ਅਸੀਂ ਟਰਾਂਸਪੋਰਟ ਤੇ ਕਰਨਾ ਉਹ ਵੀ ਟਰਾਲੀ ਦੇ ਵਿੱਚ, ਮੋਟਰਵੇ ਤੇ ਨਹੀਂ ਚੱਲ ਸਕਦੇ, ਕਿਉਂ ਮਨਾ ਕਿਉਂ ਹੈ? ਓਕੇ, ਦੁਰਾਂਤਰਾ ਚਿਰਕੁਲਾਸੀ ਨੂੰ ਚੱਲਣ ਦੌਰਾਨ ਇਰਮੁਰਖੀ ਦੇਵੋ ਨੇ ਅਸਰ ਅਸੀਂ ਕੁਰਾਤੀ ਕੋ ਨਸਤੇ ਸਾ ਪੋਲਿਸੀਆ ਦਾ ਲਮੋਤਰੀ ਚੇ ਬਿਲਕੁਲ ਵੇਰੋ। ਜਿਹੜੀ ਇਹ ਟਰਾਲੀ ਹੈ ਉਹਨੂੰ ਕੀ ਹੋਣਾ ਚਾਹੀਦਾ ਅਗਰ ਅਸੀਂ ਚੱਲਣੇ ਆ ਤੇ ਉਹਨੂੰ ਉਹਨੂੰ ਕੀ ਹੋਣਾ ਚਾਹੀਦਾ? ਪੋਲਿਸੀ ਜਿਹੜੀ ਗੱਡੀ ਦਾ ਹੋਵੇ ਨਾ ਇੰਸ਼ੋਰੈਂਸ ਹੋਈ, 100% ਦੀ ਪੋਲਿਸੀ ਕਿਹਦੀ ਹੋਵੇਗੀ? ਔਰ ਮੁਰਖੀ ਦੀ ਵੀ ਹੋਵੇਗੀ। ਠੀਕ ਹੈ ਵੇਰੋ, ਬਿਲਕੁਲ, ਕਿਉਂਕਿ ਉਹਦੀ ਹੁੰਦੀ ਹੈ 100%। ਇਹਨੂੰ ਰਿਪੋਰਟ ਦੀ ਤਰਾਈ ਨੂੰ, ਰਿਪੋਰਟ ਦੀ ਤਰਾਈ ਨੂੰ ਗੱਡੀ ਦਾ ਇੰਟਰੋ ਲਿਮਿਟ ਕੋਲੋ ਟੈਕਨੀਕਲਮੈਂਟ ਆ ਮੈਸੋ, ਇੰਟਰੋ ਲਿਮਿਟ ਲਿਮਿਟ ਦੇ ਅੰਦਰ ਅੰਦਰ ਕੋਲੋ ਟੈਕਨੀਕਲਮੈਂਟ ਆ ਮੈਸੋ ਜਿੱਦ ਦੀ ਜੇ ਪਰਿਲ ਲਈ ਕੋਲੋ ਗੱਡੀ ਨੂੰ ਨੋਨ ਦੇ ਸੁਪਰਾਰ ਇਲ ਵਾਲੋਰੇ ਉਨੋ, ਇਲ ਵਾਲੋਰੇ ਉਨੋ ਅਸਾ ਪੜੀ ਸੀ ਕੀ ਸੀ, ਨੋਨ ਦੇ ਸੁਪਰਾਰ ਇਲ ਵਾਲੋਰੇ ਉਨੋ ਨਾਲ ਕਾਜ਼ੋ ਇਲ ਰੁਮੁਰਖੀ ਮੁਨਿਤ ਦੀ ਫੇਮ ਦੀ ਸਰਵਿਸਿਓ ਇਹਦੀ ਇਹ ਮਾਤਰਾ ਵਰਗੋਲਾ ਚਿੰਕ ਤੋਂ ਮਿਲਾ ਤੇ ਬਿਲਕੁਲ ਵੇਰੋ। ਅੱਛਾ, ਵਾਲੋਰੇ ਉਨੋ ਦਾ ਮਤਲਬ ਸੀ ਕਿ ਫੀ ਨੋ ਆ ਸਾ ਤੱਕ ਤੇ ਵਰ ਮੁਰਖਿਓ ਕੀ ਸੀ ਮੁਨੀ ਤੋਂ ਸਰਵਿਸਿ, ਬਿਲਕੁਲ ਵੇਰੋ। ਅੱਛਾ ਜੀ, ਯਾਦ ਰੱਖ ਲਓ 0.5 ਵੀ ਪੜਨੇ ਆ ਕੀ ਹੈ ਮੇਤਾ। ਅੱਛਾ, ਇਲ ਮਾਸੀਮੋ ਰਿਪੋਰਟ ਦੀ ਤਰਾਈ ਨੂੰ ਜਿਹੜਾ ਵਜ਼ਨ ਨੇ ਉਹ ਪਰ ਰੁਮਿਰਖਿਓ ਟਰਾਲੀ ਤੇ ਇਸ ਪ੍ਰੋਵਿਸਤੋ ਦੀ ਕੁਆਲਸੀਆ ਸੀ ਡਿਸਪੋਜ਼ਿਟਿਵ ਦੋ ਫਰੇਨਾ ਤੋਰਾ, ਅਗਰ ਉਹ ਸਪੋਵਿਸਤੋ ਕੋਈ ਵੀ ਨਹੀਂ ਹੈ ਕੁਆਲਸੀਆ ਸੀ, ਯਾਨੀ ਇਸ ਤੋਂ ਲੱਗੀ ਨਹੀਂ ਹੈ ਕੁਆਲਸੀਆ ਸੀ ਕੋਈ ਵੀ ਡਿਸਪੋਜ਼ਿਟਿਵ ਡਿਵਾਈਸ ਦੀ ਫਰੇਨਾ ਤੋਰਾ ਬ੍ਰੇਕਿੰਗ ਸਿਸਟਮ ਕੋਈ ਵੀ ਉਹਨੂੰ ਨਹੀਂ ਲੱਗਿਆ ਹੈ ਤੇ ਕੀ ਉਹਦੇ ਤੁਸੀਂ ਫਿਰ 0.5 0.5 ਦਾ ਕੀ ਮੰਨੇ ਸੀ? ਅਗਰ ਗੱਡੀ ਦਾ 2 ਟਨ ਵਜ਼ਨ ਤੁਸੀਂ ਟਰਾਲੀ ਦੇ ਅੱਧਾ ਪਾ ਉਹਦੇ ਤੋਂ ਗੱਡੀ ਤੋਂ ਅੱਧਾ ਸੀ ਉਹਦੇ ਤੇ ਲੱਦ ਸਕਦੇ ਆ, ਇੱਕ ਕੱਪੀ ਟੋ ਅਦੋ ਨੇ ਕੁਐਸਚਨ ਉਹਨਾਂ ਦੀ ਫੀ ਚੱਲ ਹੈ ਐਂਟਾ ਤੋ ਅਬੇ ਮੈਂ ਸਪੇਗਾ ਤੋ ਤੰਤ ਬੋਲਤੇ। ਅਸਾਂ ਬੜੀ ਦਫਾ ਇਸ ਨੂੰ ਲੈਕਚਰ ਦੇ ਵਿੱਚ ਮੈਂ ਬੜਾ ਵਾਜ਼ਿਹ ਕਰਕੇ ਨੂੰ ਪੜਾਇਆ, ਅਗਰ ਕਿਸੇ ਸਮਝ ਨਹੀਂ ਲੱਗੀ ਹੁੰਦੀ ਜਾ ਕੇ ਪੜੇ ਉੱਥੇ ਲੈਕਚਰ ਤੇ ਫਿਰ ਇੱਥੇ ਆ ਕੇ ਕੁਇਜ਼ ਕਰੇ, ਕਿਉਂਕਿ ਕੁਇਜ਼ ਇੱਥੇ ਸਪੇਗਾਰੇ ਕਰਾਂ ਤੇ ਬਹੁਤ ਜ਼ਿਆਦਾ ਫਿਰ ਮੈਨੂੰ ਟਾਈਮ ਲੱਗੇਗਾ, ਲੇਕਿਨ ਤੁਸੀਂ ਇਹ 0.5 ਤੇ 1 ਯਾਦ ਰੱਖ ਲਓ ਜੋ ਮੈਂ ਉੱਥੇ ਦੱਸਿਆ ਸੀ। ਦੌਰਾਨ ਤੇ ਲੈਕਚਰ ਕੁਰਾਸੀਆਂ ਨੂੰ ਚੱਲਣ ਦੇ ਮੁਰਖੀ ਕੋ ਮਾਸਾ ਮਾਸੀ ਮਾਪਿਆਂ ਨੂੰ ਕਾਰੀ ਕੋ ਫੀ ਨੂੰ ਆਤਰੇ ਵਰਗੋਲਾ ਚਿੰਕੋ ਤੋਂ ਨਲਾਤੇ ਦੋ ਨੂੰ ਅਸਰ ਸੀ ਨਲਾਤੇ ਕੋ ਸਤ੍ਰਿਸ਼ ਪੋਸਟਰੀਅਰ ਔਰ ਲੈਟਰਾਲੀ ਰਿਟਰੋਗ੍ਰੇਫੀ ਤਾਂਤੀ। ਨੋ ਫਾਲਸੋ, ਅਸਾਂ ਸਤ੍ਰਿਸ਼ ਰਿਟਰੋਗ੍ਰੇਫੀ ਸਤ੍ਰਿਸ਼ ਪੋਸਟਰੀਅਰ ਲੈਟਰਾਲੀ ਉਹ ਜਿਹੜੀਆਂ ਚਮਕਦੀਆਂ ਪੱਟੀਆਂ ਹੁੰਦੀਆਂ ਨੇ ਟਰਾਲੀ ਦੇ ਮਗਰ ਤੇ ਸਾਡਾ ਤੇ ਲੱਗੀਆਂ ਜਿਹਨਾਂ ਲਾਈਟ ਕੋਲ ਚਮਕਦੀਆਂ ਨੇ ਉਹ ਕਿਹੜੀ ਗੱਡੀ ਤੇ ਕਿਹੜੀ ਟਰਾਲੀ ਤੇ ਫਲਾਣੀਆਂ ਹੁੰਦੀਆਂ ਨੇ ਜਿਹਦਾ ਵਜ਼ਨ ਤੇ 3 ਟਨ ਤੋਂ ਸੁਪਰੀਅਰ ਹੋਵੇ, ਨਾ ਕਿ ਫੀ ਨੇ ਚੰਨ ਕਾਰੀ ਕੋ ਫੀ ਨੂੰ ਆਤਰੇ ਸ਼ਰੀਆ 5 ਤੋਂ ਨਲਾ ਤੇ ਜਦੋਂ 3.5 ਟਨ ਤੋਂ ਉੱਤੇ ਜਾਏਗਾ ਤਾਂ ਫਿਰ ਉਹ ਓਬਲੀਕ ਹੋ ਜਾਂਦਾ ਪੱਟੀਆਂ ਲਾਣੀਆਂ ਚਮਕਣ ਵਾਲੀਆਂ, ਜੇ ਤੇ ਬੱਤੀ ਪਈ ਤੇ ਚਮਕਦੀਆਂ ਨੇ ਰਾਨਾ ਲਾਈਟ ਦਾ ਤੇ ਪੋਸੀਬਲ ਹੈ 3 ਨਾਲੇ ਰਮੁਰਖਿਓ ਨੋ ਨੀ ਮੈਟ੍ਰਿਕੁਲਾਤੀ, ਅਗਰ ਰਜਿਸਟਰਡ ਨਹੀਂ ਹੈ ਟਰਾਲੀ ਨਹੀਂ ਹੈ ਤੇ ਇਹ ਮੁਮਕਨ ਹੈ ਕਿ ਅਸੀਂ ਉਸਨੂੰ ਆਪਣੀ ਗੱਡੀ ਦੇ ਮੋਹਰ ਪਾ ਕੇ ਖੇਚ ਸਕਦੇ ਹਾਂ। ਸੇ ਦੀ ਮਾਸਾ ਇਨਫੀਰੀਅਰ ਹੈ ਆ 7.5 ਕਿਲੋਗ੍ਰਾਮ, ਅਗਰ ਉਸਦਾ ਵਜ਼ਨ ਹੈ 750 ਗ੍ਰਾਮ ਕਿਲੋਗ੍ਰਾਮ ਤੋਂ ਘੱਟ ਹੈ। ਨੋ ਫਾਲਸੋ, ਕਿਸੇ ਵੀ ਕਿਸੇ ਦੀ ਰਮੁਰਖੀ ਹੋਵੇਗੀ ਉਹ ਰਜਿਸਟਰਡ ਹੁੰਦੀ ਹੈ, ਉਸ ਤੋਂ ਬਗੈਰ ਅਸੀਂ ਉਹਨੂੰ ਨਹੀਂ ਪਾ ਸਕਦੇ। ਫਾਲਸੋ, ਰਮੁਰਖੀ ਸੀ ਕੰਸਿਡਰਾ ਪਾਰਟ ਇੰਟੈਗ੍ਰਾਟ ਦਲ ਵੇਹੀਕਲ ਸੀ ਹਾਂ ਉਹਨਾਂ ਮਾਸਾ ਫੀ ਨੂੰ ਆਤਰੇ ਵਿਰਗੁਲਾ ਚਿੰਕੋ ਤੁੰਦ ਲਾਤੇ। ਨੋ ਫਾਲਸੋ ਫਾਲਸੋ ਫਾਲਸੋ, ਪਾਰਟ ਇੰਟੈਗ੍ਰਾਲ ਜਿਹੜੀ ਰਮੁਰਖੀ ਹੈ ਰਮੁਰਖੀ ਵਾਲਾ ਜੇ ਰਹੀ ਹੈ ਉਹਦਾ ਵਜ਼ਨ ਮੈਕਸੀਮਮ 750 ਕਿਲੋਗ੍ਰਾਮ ਹੁੰਦਾ ਹੈ। ਗਾਲਬਨ ਗਾਲਬਨ ਲਾ ਲਾਰਗੇ ਸਦਾ ਦੇ ਮੁਰਖ ਨੋਂ ਦੇ ਸੁਪਰਾਰ ਕੋ ਲੈ ਦਲ ਵਹੀਕਲ ਉਤਰਾ ਨਾ ਤੇ। ਫਾਲਸੋ, ਸਾਈਜ਼ ਦਾ ਕਿਹੜਾ ਫਰਕ ਹੈ ਗੱਡੀ ਦੇ ਨਾਲ? ਗੱਡੀ ਦੀ ਛੋਟੀ ਹੋ ਸਕਦੀ ਹੈ ਹੋ ਸਕਦੀ, ਇੱਥੇ ਕੀ ਜਾਂਦਾ ਜਿਹੜਾ ਲਾਰਗੇਸ ਹੈ ਜਿਹੜੀ ਚੌੜਾਈ ਹੈ ਦਲ ਮੁਰਖ ਟਰਾਲੀ ਦਾ ਨੋਂ ਦੇ ਸੁਪਰਾਰ ਹੈ ਜ਼ਿਆਦਾ ਨਾ ਹੋਵੇ ਆ ਕੋ ਲੈ ਦਲ ਵਹੀਕਲ ਉਤਰਾ ਨਾ ਤੇ, ਜਿਹੜੀ ਗੱਡੀ ਅੱਗੇ ਨੂੰ ਖਿੱਚਦੀ ਉਹਦੇ ਤੋਂ ਵੱਡਾ ਦਾ ਸਾਈਜ਼ ਨਾ ਹੋਵੇ। ਫਾਲਸੋ, ਸਾਈਜ਼ ਦਾ ਕੋਈ ਤਲਕ ਨਹੀਂ ਨਾਲ, ਸਾਈਜ਼ ਜਿਹੜੀਆਂ ਲਿਮਟਾਂ ਨੇ ਬਸ ਉਹਦਾ ਉਹਦੇ ਨਾਲ ਤਲਕ ਹੈ। ਜੇ ਰਮੁਰਖਿਓ ਇਹ ਪਾਰ ਤੇ ਇੰਟੇਗ੍ਰਾਂਟ ਤੇ ਦਲ ਵਹੀਕਲ
ਰਮੁਰਖ ਜਿਹੜੀ ਹੈ ਪਾਰਟ ਇਨ ਰਮੁਰਖ ਪਾਰਟ ਇੰਟੈਗ੍ਰਾਂਟ ਦਲ ਵੇਹਿਕਲ ਇਕੁਈ ਸਟਾਟੋ ਅਬਿਨਾਟ ਇਨ ਫਾਜ਼ ਦੀ ਕਲਾਉਡ ਇਹ ਨੋਨ ਕੋ ਐਸੇ ਰਗੰਚਾਤ ਆਉਨ ਅੰਤਰ ਵੇਹਿਕਲ ਕਿ ਆਹਦੇ ਨੇ ਕਿ ਇੱਕ ਜਿਹੜੀ ਰਮੁਰਖੀ ਹੋਵੇ ਨਾ ਇੱਕ ਜਿਹੜੀ ਟਰਾਲੀ ਹੈ ਪਾਰਟ ਇੰਟੈਗ੍ਰਾਂਟ ਦਲ ਵੇਹਿਕਲ ਗੱਡੀ ਦਾ ਆਪਣਾ ਓਰੀਜਨਲ ਹਿੱਸਾ ਹੈ ਆਪਣਾ ਓਰੀਜਨਲ ਹਿੱਸਾ ਸਹੀ ਪਾਰਟ ਇੰਟੈਗ੍ਰਾਂਟ ਤੇ ਕਿਹੜੀ ਸੀ ਜਿਹੜੀ ਰਮੁਰਖ ਲਗਜ਼ਰੀ ਹੁੰਦੀ ਹੈ ਉਹ ਗੱਡੀ ਦਾ ਕੀ ਹੁੰਦਾ ਪਾਰਟ ਇੰਟੈਗ੍ਰਾਂਟ ਤੇ ਹੁੰਦਾ ਜਦੋਂ ਰਿਵੀਜ਼ਨ ਗੱਡੀ ਦਾ ਕਰਾਉਣਾ ਹੋਵੇ ਫਿਰ ਉਹਦਾ ਵੀ ਨਾਲ ਹੀ ਕਰਾਉਣਾ ਹੁੰਦਾ ਅਗਰ ਉਹ ਰਮੁਰਖ ਨਾਲ ਨਾ ਖੜੀਏ ਤੇ ਫਿਰ ਕੀ ਹੋਏਗਾ ਰਿਵੀਜ਼ਨ ਤੁਹਾਡਾ ਗੱਡੀ ਦਾ ਨਹੀਂ ਹੋਵੇਗਾ ਅੱਛਾ ਉਹ ਜਿਹੜੀ ਟਰਾਲੀ ਹੈ ਉਹ ਕੀ ਹੁੰਦੇ ਨੇ ਇੱਕੋ ਸਟਾਟੋ ਅਬਿਨਾਟ ਫਾਜ਼ ਦੀ ਕਲਾਉਦੀ ਹੈ ਜਿਹੜੀ ਜਿਸ ਟਾਈਮ ਉਹਨਾਂ ਉਹ ਰਜਿਸਟਰਡ ਕੀਤੀ ਹੈ ਗੱਡੀ ਉਸ ਟਾਈਮ ਉਹਦੇ ਨਾਲ ਉਹਦਾ ਦਰਜ ਕੀਤੇ ਉਸ ਗੱਡੀ ਦੇ ਨਾਲ ਹੀ ਉਹਨੇ ਰਜਿਸਟਰਡ ਕੀਤੇ ਹੈ ਨੋਨ ਕੋ ਅਸਰ ਗੰਚਾਤ ਤੋਂ ਉਹ ਕਿਸੇ ਹੋਰ ਗੱਡੀ ਦੇ ਮਗਰ ਅਸੀਂ ਨਹੀਂ ਪਾ ਸਕਦੇ ਨੋ ਫਾਲਸੋ ਕਿਸੇ ਹੋਰ ਗੱਡੀ ਦੇ ਮਗਰ ਵੀ ਅਸੀਂ ਉਸਨੂੰ ਯੂਜ਼ ਕਰ ਸਕਦੇ ਹਾਂ ਨਾ ਕਿ ਆਨੇ ਨੋਨ ਕੋ ਅਸਰ ਗੰਚਾਤ ਤੋਂ ਆਦੂ ਨਲ ਪ੍ਰੀਵੀ ਯਾਨੀ ਕਿ ਅਸੀਂ ਕਿਸੇ ਹੋਰ ਮਗਰ ਨੂੰ ਪਾ ਹੀ ਨਹੀਂ ਸਕਦੇ ਫਾਲਸੋ ਇੰਤਤੁਲਾਰ ਦੀ ਪਤੰਤੇ ਦੀ ਗੀ ਦਾ ਕੈਟਾਗੋਰੀਆ ਵੀ ਜਿਹੜੀ ਜਿਹਦੇ ਕੋਲ ਜਿਸ ਦੇ ਕੋਲ ਪਤੰਤੇ ਦੀ ਕੈਟਾਗਰੀ ਬੀ ਈ ਆਵੇ ਇਹ ਸੁੱਚਾ ਸੀਗਾ ਮੈਂ ਤੇ ਅਗਲੀ ਵਾਰੀ ਕੌਣ ਸਿਉਂ ਦੂਏ ਲੈ ਪਤੰਤੇ ਦੀ ਕੈਟਾਗਰੀ ਸੀ ਗੱਡੀ ਚਲਾਏਗਾ ਕਿਹੜੀ ਸੀ ਹਨਾ ਅਗਲੀ ਵਾਰੀ ਉਹ ਪਤੰਤੇ ਕਿਹੜਾ ਹਾਸਲ ਕਰਦਾ ਸੀ ਉਹ ਗੁਰਦਾਰ ਆ ਕੇ ਵਹੀ ਕੋਲ ਕੌਣ ਕੈਟਾਗੋਰੀਆ ਚੀ ਈ ਯਾਨੀ ਕਿ ਫਿਰ ਗੱਡੀ ਚੀ ਚਲਾਏਗਾ ਫਾਲਸੋ ਮੈਂ ਕਿਸ ਤਰ੍ਹਾਂ ਸਮਝਾਇਆ ਸੀ ਕਿ ਜਿਹਦੇ ਕੋਲ ਬੀ ਈ ਲਾਇਸੈਂਸ ਹੈ ਨਾ ਉਹਨੇ ਅਗਰ ਬਾਅਦ ਚ ਚੀ ਕਰਨਾ ਚੀ ਦੇ ਨਾਲ ਫਿਰ ਅਗਲਾ ਇਹ ਵੀ ਕਰਨਾ ਫਿਰ ਜਾ ਕੇ ਚਲਾਏਗਾ ਜਿਸ ਤਰ੍ਹਾਂ ਬੀ ਤੇ ਈ ਹਿੱਸਾ ਹੈ ਨਾ ਲਾਇਸੈਂਸ ਦਾ ਇਸੇ ਤਰ੍ਹਾਂ ਚੀ ਤੇ ਈ ਇੱਕ ਲਾਇਸੈਂਸ ਹੈ ਜਿਹਨੂੰ ਆਖਿਆ ਜਾਂਦਾ ਠੀਕ ਹੈ ਇਹ ਲੈਦਾ ਲਾਇਸੈਂਸ ਹੈ ਇਹ ਲੈਸੈਂਸ ਹੈ ਚੀ ਯਾਨੀ ਕਿ ਤਰੇ ਡਿਫਰੈਂਸ ਕੈਟਾਗਰੀਆਂ ਦੇ ਲਾਇਸੈਂਸ ਨੇ ਨਾ ਕਿ ਸਾਡੇ ਕੋਲ ਬੀ ਈ ਹੈ ਤੇ ਅਸੀਂ ਚੀ ਕਰਕੇ ਤੇ ਬਾਅਦ ਚ ਚੀ ਈ ਦੀ ਕੈਟਾਗਰੀ ਵੀ ਚਲਾ ਲਾਂਦੇ ਨੋ ਫਾਲਸੋ ਚੀ ਈ ਫਿਰ ਬਾਅਦ ਚ ਕਰਨਾ ਤੇ ਫਿਰ ਚਲਾ ਲਾਂਦੇ ਜਿਸ ਤਰ੍ਹਾਂ ਬੀ ਕਰਕੇ ਫਿਰ ਬੀ ਈ ਕਰੀ ਦਾ ਲਾਇਸੈਂਸ ਬੀ ਈ ਕਰਨ ਤੋਂ ਬਾਅਦ ਫਿਰ ਤੁਸੀਂ ਚੀ ਕਰਨਾ ਚੀ ਕਰਨ ਤੋਂ ਬਾਅਦ ਫਿਰ ਤੁਸੀਂ ਚੀ ਈ ਕਰਨਾ ਜਿਸ ਤਰ੍ਹਾਂ ਮੈਂ ਸਮਝਾਇਆ ਸੀ ਪੈਰੀ ਕੰਪਲੈਕਸੀ ਦੀ ਵੇਈ ਕੋਲੀ ਕੋ ਮੇਰੇ ਮੁਰ ਕੀ ਫੀਨੋ ਅਤਰੇ ਵੇਰ ਗੁਲਾ ਚੀ ਕੋ ਦੀ ਮਾਸਾ ਜਿਸ ਦਾ ਵਜ਼ਨ ਹੈ ਸਾਰੀ ਗੱਡੀ ਦਾ ਟਰਾਲੀ ਸਮੇਤ 3.5 ਟਨ ਤੱਕ ਨੋਨ ਵਿਜੇਲ ਓਬਲੀਗੋ ਦੀ ਅਪੋਰ ਨਾਲ ਪਾਰਟ ਪੋਸਟ ਕੰਟਰਾਸਟ ਨੇ ਇੰਤਿਗਾ ਤੇ ਲਿਮਿਟ ਮਾਸਮੀ ਦੀ ਵੇਲਾ ਜਿਸ ਦਾ ਸਪੈਸ਼ਲ ਰੋਲ ਪੋਸਟ ਨੋ ਫਾਲਸੋ ਇਹ ਕੰਪਲੈਕਸੀ ਵੇਈ ਕੋ ਕੰਦਰ ਮੁਰ ਕੀ ਫੀਨੋ ਅਤਰੇ ਵੇਰ ਗੁਲਾ ਚੀ ਕੋ ਤਾਲ ਤੋਂ ਲਾਤੇ ਦੀ ਮਾਸ ਜਿਸ ਜਿਸ ਟਰਾਲੀ ਤੇ ਗੱਡੀ ਸਾਰੀ ਦਾ ਵਜ਼ਨ ਆ 3.5 ਟਨ ਤੱਕ ਨੋਨ ਵਿਜੇ ਦੇ ਤੇ ਨਹੀਂ ਲੱਗਦੀ ਓਬਲੀਗੋ ਫਾਰਜ਼ ਦੇ ਵਿੱਚ ਨਹੀਂ ਹੁੰਦਾ ਕਿ ਪਾਰਟ ਤੇ ਪੋਸਟ ਦੇ ਪਿਛਲੀ ਸਾਈਡ ਤੇ ਇਕੋਂਤਰਾ ਸੇਮੀ ਇੰਡੀਕਾ ਤੇ ਉਹਦੇ ਮਗਰ ਅਸੀਂ ਲਾਈਆਂ ਜਾਂ ਲਿਮਟ ਵਾਲੇ ਨਿਸ਼ਾਨ ਨਹੀਂ ਹੁੰਦੇ ਜਿਹੜੇ 80 ਤੇ 100 ਹਿੱਟਿਆ ਦਾ ਗੱਡੀ ਦੇ ਮਾਰਕਿੰਗਾਂ ਦੇ ਲਹਾਂ ਲਾਈਦਾ ਮਾਨਾ ਕਿ ਜਿਹੜੀ ਗੱਡੀ ਟਰਾਲੀ ਦਾ ਵਜ਼ਨ 3.5 ਟਨ ਤੱਕ ਹੈ ਨਾ ਉਹਦੇ ਮਗਰ ਅਸੀਂ ਉਸ ਨਿਸ਼ਾਨ ਨੂੰ ਸਾਡੇ ਤੇ ਕੋਈ ਓਬਲੀਗੋ ਨਹੀਂ ਹੈ ਕਿ ਅਸੀਂ ਉਹਨਾਂ ਲਾਈਏ ਨੋ ਫਾਲਸੋ ਉਹਦਾ ਤਲਕ ਜਿਹੜਾ ਸਪੀਡ ਲਿਮਟ ਦਾ ਨਾ ਉਹਦਾ ਤਲਕ ਅਸੀਂ ਇਹ ਨਹੀਂ ਆ ਸਕਦੇ ਕਿ ਤੇਰੀ ਕੰਪਲੈਕਸੀ ਦੀ ਵਹੀਕਲ ਕੋ ਮੇਰੇ ਮੁਰਖੀ ਓ ਫੀਨੋ ਆ ਮੈਂ ਸਾਰੀ ਗੱਡੀ ਦਾ ਵਜ਼ਨ 3.5 ਟਨ ਤੱਕ ਕਿਤੇ ਨਹੀਂ ਉਹਦਾ ਤਲਕ ਸਾਡਾ ਸਿਰਫ ਇਹ ਇੱਕ ਸਪੀਡ ਦੱਸਣ ਦਾ ਕਿ ਵਾ ਇਹਦੀ ਸਪੀਡ ਜਿਹੜੀ ਤੁਹਾਡੇ ਸਾਹਮਣੇ ਗੱਡੀ ਚੱਲ ਰਹੀ ਇਹਦੀ ਸਪੀਡ ਇੰਨੀ ਹੈ ਨਾ ਕਿ ਉਹਦਾ ਤਲਕ ਕੋਈ ਇਸ ਤਰ੍ਹਾਂ ਦਾ ਕੋਈ ਜਿਸ ਤਰ੍ਹਾਂ ਨਾ ਕੰਪਲੀਟਡ ਕੰਪਲੀਕੇਟਡ ਜਾਂ ਕਿਤੇ ਕੋਈ ਵੀ ਠੀਕ ਹੈ ਨਾ ਲਕਾਰਤਾ ਵਿੱਚ ਰੁਕਰਾਸੀ ਦੀ ਮੰਗ ਕਾ ਇਹ ਵਾਲੋਰ ਬਲਾ ਮਾਸਾ ਰਿਮੁਰਖੀਆ ਮਿਲੇ ਅਗਰ ਕਾਰਤਾ ਦੀ ਚਿਰਕੁਲਾਸੀ ਗੱਡੀ ਦੀ ਬੁੱਕ ਜਿਹੜੀ ਉਹਦੇ ਉੱਤੇ ਅਗਰ ਕੋਈ ਨਹੀਂ ਲਿਖੀ ਪਿਆ ਕਿ ਕਿੰਨਾ ਵਜ਼ਨ ਅਸੀਂ ਟਰਾਂਸਪੋਰਟ ਕਰ ਸਕਦੇ ਹਾਂ ਮਾਸ ਸਾਰੇ ਨੂੰ ਰੱਖਿਆ ਵੀ ਕਿੰਨਾ ਵਜ਼ਨ ਅਸੀਂ ਟਰਾਲੀ ਤੇ ਪਾ ਸਕਦੇ ਹਾਂ ਚੋਏ ਫਿਰ ਬੋਲਾ ਚੋਏ ਯਾ ਠੀਕ ਆ ਫਿਰ ਅਸੀਂ ਸਮਝ ਲਗਰ ਉਹਦੇ ਤੋਂ ਨਹੀਂ ਮਿਲਦੇ ਕੀ ਸਮਝਾਂਦੇ ਕਿ ਇਹ ਵਹੀਕਲ ਜਿਹੜੀ ਗੱਡੀ ਹੈ ਆ ਤੋਂ ਅਲਟਰਾਈਨ ਦੀ ਮੁਰਖੀ ਦੀ ਕੋਲਸੀ ਅਸੀਂ ਮਾਸਾ ਯਾਨੀ ਕਿ ਇੱਕ ਜਿਹੜੀ ਗੱਡੀ ਹੈ ਇਸ ਤਰ੍ਹਾਂ ਨਹੀਂ ਕਿ ਅਸੀਂ ਇਸ ਦੀ ਜੋ ਟਰਾਲੀ ਮੋਰ ਪਾ ਲਈਏ ਉਹਦੇ ਤੋਂ ਅਸੀਂ ਕਿਸੇ ਕਿਸਮ ਦਾ ਲੋਡ ਪਾ ਸਕਦੇ ਯਾਨੀ ਕਿ ਕੋਈ ਲਿਮਟ ਬਗੈਰ ਲਿਮਟ ਤੋਂ ਸੇ ਦਾ ਵਜ਼ਨ ਪਾ ਸਕਦੇ ਹਾਂ ਨੋ ਫਾਲਸ ਲਿਮਟ ਹੁੰਦੀ ਹੈ ਬਿਸ਼ਾ ਕੋ ਉੱਤੇ ਨਾਮ ਲਿਖੀਤੀ ਹੋਏ ਫਿਰ ਵੀ ਮੇਰੇ ਮੁਰਖੀ ਦੇ ਉਹਨਾਂ ਅਸਰ ਸੋਤੋ ਪੋਸਟ ਯਾਰ ਵਿਜ਼ਨ ਪ੍ਰੋਡਿਕ ਇਨਸੀਅਨ ਐਲ ਵੇਈ ਕੋ ਟ੍ਰਾਈ ਨਾਲ ਤੇ ਨੋ ਫਾਲਸੋ ਰਮੁਰਖੀ ਦਾ ਆਪਣਾ ਰਿਵੀਜ਼ਨ ਹੁੰਦਾ ਉਹਦੀ ਆਪਣੀ ਡੇਟ ਹੁੰਦੀ ਹੈ ਸਕਾਦਨ ਸੇ ਦੀ ਜਿਸ ਤਰ੍ਹਾਂ ਗੱਡੀ ਦੀ ਆਪਣਾ ਰਿਵੀਜ਼ਨ ਹੁੰਦਾ ਉਹਦੀ ਆਪਣੀ ਡੇਟ ਸਕਾਦਨ ਸੇ ਦੀ ਹੁੰਦੀ ਹੈ ਮਾਤਰਾ ਨੇ ਜਿਹੜੀ ਵੇਈ ਕੋ ਲਈ ਨੋ ਜਿਹੜੀ ਰਮੁਰਖੀ ਲੈਜੇਰੀ ਹੈ ਜਿਸ ਤਰ੍ਹਾਂ ਸਕੂਲ ਦੇ ਵਿੱਚ ਪਿਆ ਹੁੰਦਾ ਹੈ ਉਹਦਾ ਗੱਡੀ ਦਾ
ਪ੍ਰਮੁੱਖ ਦਾ ਆਪਣਾ ਰਿਵੀਜ਼ਨ ਹੈ, ਗੱਡੀ ਦਾ ਆਪਣਾ ਰਿਵੀਜ਼ਨ ਹੈ, ਦੋਨਾਂ ਦਾ ਕੋਈ ਚਿੰਤਾ ਨਹੀਂ ਹੈ, ਵੱਖ ਵੱਖ ਹੁੰਦੇ ਨੇ। ਸਿਰਫ ਪਾਰਤ ਉੱਤੇ ਗ੍ਰੰਥ ਜਿਹੜੀ ਰਮੁਰਖੀ ਹੈ, ਰਮੁਰਖ ਲਜੇਰੀ ਲਜੇਰੀ ਜਾਂਦੇ ਨਾਲ, ਆਹੋ ਲਜੇਰੀ ਰਮੁਰਖ ਜਿਹੜੀ ਹੈ ਉਹਦਾ ਰਿਵੀਜ਼ਨ ਜਿਹੜਾ ਗੱਡੀ ਦੇ ਨਾਲ ਹੀ ਹੁੰਦਾ। ਓਕੇ ਅਲੱਗ ਵਿਧਾ ਦੀ ਉਹਨੂੰ ਵਹੀਕਲ ਕੋ ਮੇਰੇ ਮੁਰਖਿਓ ਨਾਲ ਸੁਲਤਾ ਰਿਹਾ ਦਿਵਸਤਾ ਬੁਝਨ ਸਾਰੇ ਪਾਰਟੀਕਲ ਟ੍ਰਾਂਸੀ ਮੀ ਨੋਨ ਇਨਵੈਸਟੀ ਲਾ ਰੋਟਾ ਪੋਸਟਰੀਆ ਦੇਸ ਕਦੋਨੀ ਕੇ ਸਿਤਰੋ ਵੀ ਨਾ ਵਿੱਚ ਨਾ ਮਰਚਾ ਕੀ ਦੀ ਯਾਨੀ ਕਿ ਜਸਟ ਅਸੀਂ ਮੋਰ ਕਟਨੇ ਆ ਤੇ ਅਸਾਂ ਕੀ ਕਰਨਾ ਹੈ ਨੋਨ ਇਨਵੈਸਟੀ ਰ ਕੋਨ ਲਾ ਰੋਟਾ ਪੋਸਟਰੀਓਰ ਇਵਨ ਤੁਹਾਡੀ ਅਗਰ ਕੋ ਬਡੇ ਸੀਰੀਅਨ ਚੱਲੇ ਆ ਤੇ ਤਾਂ ਕਿ ਅਸੀਂ ਮਰਚਾ ਕੀ ਦੀ ਦਿਸ ਵਾਲੀ ਸਾਈਡ ਦੇ ਸਿਰਿਆ ਚੱਲਦਾ ਉਹ ਇਵਨ ਮੋਰ ਕਟਦੇ ਆ ਸਾਡਾ ਟਾਇਰ ਜਿਹੜਾ ਮਰਚਾ ਕੀ ਦੇ ਉੱਤੇ ਨਹੀਂ ਜਾਣਾ ਚਾਹੀਦਾ ਇਸੇ ਤਰ੍ਹਾਂ ਤੇ ਪਹਿਲਾਂ ਵਿੱਚ ਹੀ ਨਾਲ ਮਰਚਾ ਕੀ ਦੇ ਇਵਨ ਤਾਂ ਪਹਿਲਾਂ ਨਹੀਂ ਕਿਸੇ ਪ੍ਰੋਵੀ ਨੂੰ ਵਿੱਚ ਨਾਲ ਯਾਨੀ ਕਿ ਉਹਨੂੰ ਨਾ ਉਹਦੇ ਨਜ਼ਦੀਕ ਨਾ ਜਾਏ ਉਹਨੂੰ ਨਾ ਲੱਗੇ ਜੇ ਅਗਰ ਮੋੜ ਕਟਨੀ ਆ ਸੀ ਤੇ ਸਾਰੀ ਗੱਲ ਮੋੜ ਕਟਨੀ ਆ ਸਾ ਕੰਟਰੋਲ ਆਪਣਾ ਲੰਮੀ ਗੱਡੀ ਅਸੀਂ ਇਹ ਪਿਛਲੇ ਕੋਈ ਜ਼ਾਰ ਦੇ ਹੀ ਕਿ ਬੋਰਡ ਦੇ ਉੱਤੇ ਦਿਸ ਰਿਹਾ ਹੈ ਬੋ ਮਰਚਾ ਪੀ ਦੇ ਉੱਤੇ ਗੱਡੀ ਦਾ ਪਿਛਲਾ ਟਾਇਰ ਨਾ ਚੜੇ ਅਗਰ ਅਸੀਂ ਟਰਾਲੀ ਪਾਈਏ ਬਿਲਕੁਲ ਵੇਰੋ ਕੰਦ ਅਸੀਂ ਟਰਾਈ ਨਾ ਮੇਰੇ ਮੁਰਖੀ ਹੋ ਜਦੋਂ ਅਸੀਂ ਇੱਕ ਟਰਾਲੀ ਖਿੱਚਨੇ ਆ ਬਜ਼ੁਰਨੀ ਆਪਾਂ ਸਿੱਧਰ ਵਾਲੇ ਸਾਨੂੰ ਚਾਹੀਦਾ ਗੌਰ ਕਰਨਾ ਕਿ ਨਾਲ ਕੁਰਵੇ ਦਾ ਫਾਸ਼ਾ ਦਿਨ ਗੁੰਮਰ ਮਜੋਰ ਯਾਨੀ ਕਿ ਜਿਹੜਾ ਜਿਹੜੀ ਸਪੇਸ ਅਸੀਂ ਮੰਗ ਚਾਹੀਦੀ ਹੋਵੇ ਦੀ ਮੋੜ ਕਟਣ ਵਾਸਤੇ ਉਹ ਜ਼ਿਆਦਾ ਹੋਵੇ ਦੀ ਪਿੱਛੇ ਅਸਾਂ ਪੜਿਆ ਸੀ ਮਿਨੋਰ ਅਸਾਂ ਕਿਹਾ ਸੀ ਫਾਲਸ ਇੱਥੇ ਕੀ ਹੁੰਦਾ ਇਹ ਮਜੋਰ ਜ਼ਿਆਦਾ ਹੋਵੇ ਬਿਲਕੁਲ ਇਹਨੂੰ ਅਸੀਂ ਜ਼ੀਰੋ ਕਰਾਂਗੇ ਤਾਂ ਇਹ ਨਾਲੋਂ ਵੀ ਮੇਰੇ ਮੁਰਖਿਆ ਫੋਰਥ ਦਿਸ਼ੇ ਦੇ ਅਸੀਂ ਇੱਕ ਗੱਡੀ ਚਲਾਉਂਦੇ ਹਾਂ ਕਿਤੇ ਉੱਤੇ ਤਾਂ ਫੋਰਥ ਦਿਸ਼ੇ ਦੇ ਉੱਤੇ ਜਿਹਦੇ ਉੱਤੇ ਬੜੀ ਤੇਜ਼ ਢਾਲ ਹੈ ਬੜੀ ਤੇਜ਼ ਉਤਰਾਈ ਹੈ ਪੱਖੋ ਤਾਂ ਮੇਰੇ ਕੋਲ ਤੋਂ ਸਾਨੂੰ ਖਿਆਲ ਜਿਹਦਾ ਦਲਾ ਫੋਰਸ ਸਪਿਨ ਤਾਂ ਇਧਰ ਸੀ ਤਾਂ ਕਰਦਾ ਮੇਰੇ ਮੁਰਖਿਆ 16 ਮੋਟਰੀ ਚ ਯਾਨੀ ਕਿ ਜਿਹੜਾ ਪਿੱਛੋਂ ਜੇ ਅਸੀਂ ਥੱਲੇ ਲੈ ਰਹੀ ਹੋਵੇ ਤਾਂ ਪਿੱਛੋਂ ਰਿਮੋਸ਼ਨ ਨੇ ਸਾਨੂੰ ਜ਼ੋਰ ਦੇਣਾ ਹੁੰਦਾ ਗੱਡੀ ਨੂੰ ਅਗਲੀ ਸਾਈਡ ਤੇ ਸਾਨੂੰ ਉਸ ਚੀਜ਼ ਦਾ ਕੰਟਰੋਲ ਰੱਖਣਾ ਚਾਹੀਦਾ ਬਿਲਕੁਲ ਵੇਰ ਕੌਣ ਤੁਸੀਂ ਤਰਾਈ ਨਾ ਕਿਉਂ ਸਪੇਚ ਸਪੇਚ ਸਰਕਾਰੀ ਕੋ ਜੇ ਤੁਸੀਂ ਕਿਤਨੇ ਸਪੇਚ ਖਾਸ ਕਰ ਜਦੋਂ ਉਹ ਲੋਡ ਵਿੱਚ ਜਦੋਂ ਉਹਦੇ ਵਿੱਚ ਵਜ਼ਨ ਹੋਵੇ ਸੀ ਹਾਂ ਉਹਨਾਂ ਸੈਂਸੀਬਲ ਰਿਡਿਊਸੀਆਂ ਨੇ ਸਾਡਾ ਇੱਕ ਵਾਧੇ ਤੌਰ ਤੇ ਕਮੀ ਹੋ ਜਾਂਦੀ ਕਿਹਦੇ ਵਿੱਚ ਅਲੱਗ ਆਪਾਂ ਕਿਤੇ ਵੀ ਅਚਰ ਰਾਸ਼ੀ ਨਹੀਂ ਡਲ ਗਈ ਕਰੋ ਗੱਡੀ ਦੀ ਸਪੀਡ ਵਿੱਚ ਵਾਧੇ ਤੌਰ ਤੇ ਕਮੀ ਹੋ ਜਾਂਦੀ ਹੈ ਹੋ ਜਾਂਦੀ ਹੈ ਬਿਲਕੁਲ ਵੇਰ ਬਿਲਕੁਲ ਵੇਰ ਜੇ ਤੁਸੀਂ ਲੋਡ ਖਿੱਚਦੇ ਹੋ ਗੱਡੀ 'ਚ ਜ਼ੋਰ ਨਹੀਂ ਹੁੰਦਾ ਜਿਹੜਾ ਖਾਲੀ ਭੱਜਣਾ ਹੋਵੇ ਉਹਨੇ ਓਕੇ ਇਹਨਾਂ ਦੀ ਸੱਚ ਬਾਰੇ ਕੋਈ ਸਿਆਸੀ ਮਨੋਵਰਾ ਮੋੜ ਕੱਟਣ ਤੋਂ ਕੋਈ ਕੋਈ ਰਮੁਰਖਿਆ ਨਾਲ ਗੰਚਾ ਤੋਂ ਆਹਾਂ ਜਿਹੜੀ ਟਰਾਲੀ ਮੋੜ ਕੱਟਣ ਤੋਂ ਪਹਿਲੇ ਵੀ ਦੇਨ ਅੱਛੇ ਤਾਰ ਸੀ ਸਾਨੂੰ ਯਕੀਨੀ ਬਣਾਉਣਾ ਚਾਹੀਦਾ ਚੰਗੀ ਤਰ੍ਹਾਂ ਕਿ ਨੋਨ ਵੀ ਸੋਨੋ ਕੋਜ਼ੇ ਕਿ ਚੀਜ਼ਾਂ ਵੀ ਉਹ ਪਰਸੋਨ ਨਾਲ ਰਾਜੋ ਦੀ ਮਨੋਵਰਾ ਦਲ ਕੰਪਲੈਕਸ ਹੋ ਤਮਾਮ ਕੰਪਲੀਟ ਮਨੋਵਰਾ ਕਰਨੇ ਦੇ ਦੌਰਾਨ ਦੌਰਾਨ ਨਾ ਕੋਈ ਸਮਾਨ ਆਵੇ ਤੇ ਨਾ ਹੀ ਕੋਈ ਪਰਸਨ ਆਵੇ ਮੋੜ ਕੱਟਣੇ ਦੌਰਾਨ ਵੈਰੀ ਗੱਲ ਹੈ ਜੇ ਕੋਈ ਆਵੇ ਦੀ ਚੀਜ਼ ਤੇ ਸਭ ਫਿਰ ਮੋੜ ਨਹੀਂ ਕੱਟਣਾ ਸਾਨੂੰ ਚਾਹੀਦਾ ਬਾਤ ਵਰਤੀਏ ਨਾਲ ਕੋਈ ਮੋੜਾਂ ਦੇ ਦੌਰਾਨ ਇੰਦਰ ਮੂਰਖ ਉਤਰੇ ਤਿੰਨ ਦੇ ਅਸਤਰੰਜੇ ਲੋ ਯਾਨੀ ਕਿ ਅਕੜਦੀ ਤੇ ਕੁੱਟਦੀ ਹੋਵੇ ਰਮੁਰਖੀ ਹੋ ਜਦੋਂ ਅਸੀਂ ਮੋੜ ਕੱਟਣੇ ਆ ਬਿਲਕੁਲ ਕਿਉਂਕਿ ਮੋੜ ਕੱਟਣਾ ਤਾਂ ਬੜਾ ਸਖਤ ਕਰਕੇ ਮੋੜ ਕੱਟੀਂਦਾ ਫਿਰ ਕੇ ਫਿਰ ਕੋਰੇ ਨੇ ਉਹਨਾਂ ਤਰਾਈਆ ਤੋਰੀਆ ਚਿਰਕੁਲਾਰੇ ਕੋਲ ਰਾਜੋ ਇਨਸਰੀਰ ਵਾਲਾ ਮੋਤਰੀ ਚ ਰਾਜੋ ਇਨਸਰੀਰ ਯਾਨੀ ਕਿ ਰਸਤਾ ਕੱਟੇ ਯਾਨੀ ਕਿ ਰਾਜੋ ਜਿਹੜੀ ਨਾ ਕੁਰਬੇ ਦੀ ਜਿਹੜਾ ਕੁਰਬੇ ਦਾ ਯਾਨੀ ਕਿ ਜਿਹੜਾ ਮੋੜ ਹੈ ਉੱਥੋਂ ਜਿਸਪੇਸ ਕੱਟੇ ਇਹ ਚੀਜ਼ ਸਮਝੋ ਤੇ ਫਿਰ ਕੀ ਹੋਵੇਗਾ ਫਿਰ ਜਿਹੜੀ ਨਾ ਰਮੁਰਖੀ ਉਹ ਤਿੰਨ ਦੇ ਅਸਤਰੀਂਜੀ ਹੋਵੇ ਦੀ ਯਾਨੀ ਕਿ ਅਸਾਂ ਬੜੀ ਉਹਨੂੰ ਕੁੱਟ ਕੇ ਵਿੱਚੋਂ ਦਬਾ ਕੇ ਕੱਢਣੀ ਹੁੰਦੀ ਹੈ ਠੀਕ ਹੈ ਫਿਰ ਉਸ ਤਿੰਨ ਦੇ ਅਸਤਰੀਂਜੀ ਹੋਵੇ ਦੀ ਮੇਰੋ ਇਸ ਤਰ੍ਹਾਂ ਦੇ ਕੁਝ ਜਿਹੜੇ ਮੈਂ ਸਮਝਾ ਲਗਾ ਥੋੜੀ ਜਿਹੀ ਮੁਸ਼ਕਲ ਲੇਕਿਨ ਮੈਂ ਫੁੱਲ ਕੋਸ਼ਿਸ਼ ਕਰਨਾ ਲੇਕਿਨ ਤੁਸੀਂ ਯਾਦ ਰੱਖ ਲਿਆ ਕਿਰਿਆ ਕਰੋ ਕੋਈ ਚੀਜ਼ਾਂ ਨੂੰ ਨਿਸ਼ਾਨੀਆਂ ਲਾ ਲਈਆਂ ਨੇ ਤੇ ਜਗ੍ਹਾ ਥੋੜੀ ਜਿਹੀ ਤੇ ਜ਼ਰੀ ਗੱਲ ਬੜਾ ਤੰਗ ਹੋ ਕੇ ਵਿੱਚ ਉਹਦੀ ਗੱਡੀ ਕੱਢਾਂ ਦੇ ਵਿੱਚ ਗੱਡੀ ਤੰਗ ਹੋ ਕੇ ਸੀ ਕੱਢਾਂ ਤੇ ਕੀ ਹੋਵੇ ਤਾਂ ਬੜੀ ਸਤਰੀਂਜੀ ਦੀ ਜਗ੍ਹਾ ਹੋਵੇ ਦੀ ਤੇ ਉਹਦੇ ਵਿੱਚੋਂ ਸਾਨੂੰ ਕੱਢਣੀ ਪਵੇਗੀ ਗੱਡੀ ਫਿਰ ਤੰਗ ਹੋ ਕੇ ਬਸ ਇਹ ਚੀਜ਼ ਜਿਹੜਾ ਮੈਂ ਓਕੇ ਇਹਨੂੰ ਮਿਹਨਤੀ ਦਾ ਲਿਕਵਿਡ ਜਿਹੜਾ ਸਾਨੂੰ ਲਿਕਵਿਡ ਪਾਏ ਆ ਜੇ ਅਸੀਂ ਵੈਰਿਫ ਕਰਨਾ ਇੰਟਰ ਨੂੰ ਅਲੋਂ ਸਰ ਬਤਾਈਓ ਵਿੰਕੁਲਾ ਤੋਂ ਐਡ ਦੇ ਮੇਰੇ ਮੁਰਖੇ ਦੌਰਾਨ ਤੇ ਕੰਵੈਨੈਂਟ ਯੋਨੀ ਇਨਫਰਨਾਤਾ ਇਹ ਨੈਚਰ ਰਾਸ਼ੀ ਨੇ ਸੋਨੇ ਲੰਬਾ ਜੋਰ ਕੋਜ ਦੀ ਇਸਟੈਬਿਲਿਟੀ ਦੀ ਵੇਕ ਕੋ ਇਸਟੈਬਿਲਿਟੀ ਦੀ ਕੰਪਲੈਸੀ ਦੀ ਵੇਕ ਕੋ ਯਾਨੀ ਕੀ ਆ ਕਿਹਾ ਨਾ ਉਹ ਅੰਦਰ ਦੇ ਜੋ ਦੋਸਾਂ ਲਿਕਵਿਡ ਪਾਇਆ ਹੋਇਆ ਗੱਡੀ ਦੇ ਵਿੱਚ ਤੇ ਕੀ ਹੋਵੇਗਾ ਗੱਡੀ ਇਨਸਟੈਬਲ ਹੋ ਜਾਂਦਾ ਯਾਨੀ ਕਿ ਗੈਰ ਮੁਸਤਹਿਕਮ ਹੋ ਜਾਂਦੀ ਉਹਦੀ ਰੋਡ ਗ੍ਰਿਪ ਘੱਟ ਹੋ ਜਾਂਦੀ ਕਦੋਂ ਜਦੋਂ ਅਸੀਂ ਕੰਵਿਆਂ ਨੂੰ ਤੇ ਬ੍ਰੇਕਿੰਗ ਕਰਨੇ ਆ ਫਰੇਨਾਂ ਤੇ ਬ੍ਰੇਕ ਕਰਨੇ ਆ ਜਾਂ ਅਚਰ ਰਾਸ਼ੀਆਂ ਕਰਨੇ ਬਿਲਕੁਲ ਬ੍ਰੇਕ ਲਾਵਾਂ ਦੇ ਲਿਕਵਿਡ ਆਗਾ ਨੂੰ ਸੱਟ ਕਰਾਇਆ ਦਾ ਅਸੀਂ ਥੋੜਾ ਜਿਹਾ ਰੇਸ ਦੇ ਆਲੇ ਲਿਕਵਿਡ ਪਿਛੇ ਨੂੰ ਖਿੱਚੇ ਦਾ ਗੱਡੀ ਨੂੰ ਅਸੀਂ ਮੋਰ ਕਟਾ ਦੇ ਲਿਕਵਿਡ ਇੱਕ ਸਾਈਡ ਤੇ ਕੱਢੇ ਦਾ ਗੱਡੀ ਨੂੰ ਸਮਝ ਬਿਲਕੁਲ ਵੇਰੇ ਕੋਈ ਪ੍ਰਾਈਨਾਂ ਦਾ ਨਿਰਮੁਖੀ ਅਖੋਰੇ ਵੈਰੀਫਾਈ ਕਰ ਇੱਕ ਗੱਡੀ ਨੂੰ ਚਾਹੀਦਾ ਵੈਰੀਫਾਈ ਕਰ
Il carico gravante sul gancio non alteri l'assetto del veicolo e inclinazioni del fascio luminoso di fari.